ਅਚੀਵਰ ਅਕੈਡਮੀ ਦੇ YouTube ਚੈਨਲ ਤੇ ਸਾਰੇ ਹੀ ਵਿਦਿਆਰਥੀਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਰਿਆਂ ਨੂੰ ਜੀ ਆਇਆਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਉਮੀਦ ਹੈ ਕਿ ਸਾਰੇ ਜਿੰਨੇ ਠੀਕ-ਠਾਕ ਹੋਵਗੇ ਤੰਦਰੁਸਤ ਹੋਵਗੇ ਵਿਦਿਆਰਥੀਓ ਤੁਹਾਨੂੰ ਸਭ ਨੂੰ ਪਤਾ ਹੈ ਕਿ ਦਿੱਲੀ ਸਰਕਾਰ ਨੇ PGT ਪੰਜਾਬੀ ਦੀ ਭਰਤੀ ਕੱਢੀ ਹੈ ਉਹਦਾ ਨੋਟੀਫਿਕੇਸ਼ਨ ਜਿਹੜਾ ਡਿਟੇਲਡ ਨੋਟੀਫਿਕੇਸ਼ਨ ਇੱਕ ਦੋ ਦਿਨ ਪਹਿਲਾਂ ਆ ਚੁੱਕਿਆ ਹੈਗਾ ਠੀਕ ਹੈ ਤੇ ਤੁਸੀਂ ਉਮੀਦ ਹੈ ਕਿ ਜੋ ਨੀਸ਼ਾ ਮੈਡਮ ਨੇ ਵੀਡੀਓ ਬਣਾਈ ਸੀ ਉਸ ਨੋਟੀਫਿਕੇਸ਼ਨ ਦੇ ਬਾਰੇ ਡਿਟੇਲ ਦੇ ਵਿੱਚ ਕਿਹੜੀ-ਕਿਹੜੀਆਂ एलिਜੀਬਿਲਟੀਜ਼ ਨੇ ਕੀ ਸ਼ਰਤਾਂ ਨੇ ਠੀਕ ਹੈ ਉਮਰ ਜਿਹੜਾ ਕਿ ਲਈ ਇੱਕੇ ਪੋਸਟਾਂ ਦੀ ਜਿਹੜੀ 1 ਹੈ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੇ ਡਿਸਕਸ ਕੀਤੀਆਂ ਹੋਈਆਂ ਨੇ ਮੈਂ ਤੁਹਾਡੇ ਲਈ ਇਸ ਵੀਡੀਓ ਦੇ ਵਿੱਚ ਇੱਕ ਖਬਰ ਲੈ ਕੇ ਆਇਆ ਕਿ ਅੱਸੀ ਪੀਜੀਟੀ ਪੰਜਾਬੀ ਦੀਆਂ ਜਿਹੜੀਆਂ ਵੈਕੈਂਸੀਜ਼ ਹੈਗੀਆਂ ਨੇ ਕ੍ਰੀਬਨ 556 ਜਿਹੜੀਆਂ ਵੈਕੈਂਸੀ ਨੇ ਉਹਨਾਂ ਦੇ ਲਈ TGT ਪੰਜਾਬੀ B+B ਦਾ ਬੈਚ ਲੈ ਕੇ ਆਏ ਹੈਗੇ ਆ ਠੀਕ ਹੈ ਇਹ ਬੈਚ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਹੈਗਾ ਤੇ ਬੱਚੇ ਦੇ ਵਿੱਚ ਜੁਆਇਨ ਕਰ ਚੁੱਕੇ ਆ ਇਸ ਬੈਚ ਦੇ ਵਿੱਚ ਤੁਹਾਨੂੰ ਕੀ ਕੁਝ ਮਿਲੇਗਾ ਇਸ ਬੈਚ ਦੇ ਵਿੱਚ ਬਹੁਤ ਸਾਰੀਆਂ ਜਿਹੜੇ ਕੇ ਲਈਏ ਕੇ ਰਿਕਾਰਡਡ ਵੀਡੀਓਜ਼ ਮਿਲਣਗੇ ਆ MCQ ਸੈਸ਼ਨ ਜ ਮਿਲਣਗੇ ਲਾਈਵ ਕਲਾਸ ਜੀ ਮਿਲਣਗੇ ਆ ਠੀਕ ਹੈ ਟੈਸਟ ਹੋਣਗੇ ਤੁਹਾਡੇ ਠੀਕ ਹੈ ਪੀਡੀਐਫ ਨੋਟਸ ਤੁਹਾਨੂੰ ਕਲੀ-ਕਲੀ ਚੀਜ਼ੇ ਮਿਲਣਗੇ 1 ਟੂ 1 ਜਿਹੜਾ ਤੁਹਾਡੇ ਨਾਲ ਕਮਿਊਨੀਕੇਸ਼ਨ ਕੀਤਾ ਜਾਊਗਾ 1 ਟੂ 1 ਠੀਕ ਹੈ ਤਾਂ ਕਿ ਕਿਸੇ ਵੀ ਵਿਦਿਆਰਥੀ ਦੀ ਕੋਈ ਦਿੱਕਤ ਤਾਂ ਉਹ ਪਛਾਣਿਆ ਜਾਵੇ ਹਾਂਜੀ ਤੇ ਜਿਹੜੀਆਂ ਉਹ ਵੈਕੈਂਸੀਜ਼ ਨੇ ਮੈਂ ਤੁਹਾਨੂੰ ਮੋਟਾ ਇਹ ਦੱਸ ਦਿਆਂ ਕਿ ਤੁਸੀਂ ਇਹ ਨੋਟੀਫਿਕੇਸ਼ਨ ਦੇਖ ਲਿਆ ਹੋਣਾ ਹੈਗਾ ਠੀਕ ਹੈ ਕਿ 8 ਫਰਵਰੀ 2024 ਤੋਂ ਇਹ ਜਿਹੜੀਆਂ ਪੋਸਟਾਂ ਫਿਲ ਕਰਨੀਆਂ ਸ਼ੁਰੂ ਹੋਣੀਆਂ 8 ਮਾਰਚ ਤੱਕ ਇਹ ਭਰੇ ਜਾਣੇ ਫਾਰਮ ਈ ਹੋਪਸ ਹੋ ਕਿ ਉਦੋਂ ਤੱਕ ਜਿਹੜਾ ਸੀਟ ਐਟ ਦਾ ਜਿਹੜੇ ਵਿਦਿਆਰਥੀ ਨੇ ਐਗਜ਼ਾਮ ਦਿੱਤਾ ਹੈਗਾ ਉਹਨਾਂ ਦਾ ਰਿਜ਼ਲਟ ਵੀ ਆ ਜਾਏਗਾ ਉਹ ਵੀ ਉਹਨਾਂ ਦਾ ਇਸ਼ੂ ਚੱਲਦਾ ਪਿਆ ਉਹ ਰਿਜ਼ੋਲਵ ਹੋ ਜਾਏਗਾ ਤਾਂ ਕਰਕੇ ਉਹ ਵਿਦਿਆਰਥੀ ਸੰਭਾਵਨਾ ਹੈ ਕਿ ਉਹ ਵੀ ਅਪਲਾਈ ਕਰ ਸਕਣਗੇ ਤੇ ਪੰਜਾਬੀ ਦੀਆਂ ਪੋਸਟਾਂ ਦੇ ਬਾਰੇ ਆਪਾਂ ਪਹਿਲਾਂ ਗੱਲ ਕਰ ਚੁੱਕੇ ਸੀਗੇ ਪਿਛਲੀ ਵੀਡੀਓ ਦੇ ਵਿੱਚ ਹਨਾ ਕਿ ਮੇਲ ਫੀਮੇਲ ਤੇ ਵੱਖਰੀ ਵੱਖਰੀ ਵੰਡ ਉਹਨਾਂ ਨੇ ਕੀਤੀ ਹੋਈ ਹੈ ਤੇ ਕੁੱਲ ਮਿਲਾ ਕੇ ਜਿਹੜਾ ਉਹ 556 ਦੇ ਕਰੀਬ ਜਿਹੜੀਆਂ ਉਹ ਪੋਸਟਾਂ ਬਣਦੀਆਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਨੇ ਇਹ ਪੋਸਟਾਂ ਉਦੋਂ ਅਗਲਾ ਮਸਲਾ ਹੈਗਾ ਕਿ ਇਹਦਾ ਸਿਲੇਬਸ ਕੀ ਹੋਊਗਾ ਠੀਕ ਹੈ ਡੀਟ੍ਰੈਪਲਸ 3 ਦਾ ਤੁਹਾਨੂੰ ਪਤਾ ਹੈ ਕਿ ਸਿਲੇਬਸ ਬਹੁਤ ਆ ਡਿਕਲियर ਨਹੀਂ ਕਰਦੇ ਹੈਗੇ ਪਰ ਅਸੀਂ ਸਾਰੇ ਪਾਸੋਂ ਦੇਖ ਪਰਖ ਕੇ ਪੁਰਾਣਾ ਜੋ ਕੰਟੈਂਟ ਉਹਨਾਂ ਦਾ ਹੈਗਾ ਸਾਰਾ ਦੇਖ ਪਰਖ ਕੇ ਪੂਰੇ ਦਾ ਪੂਰਾ ਇੱਕ ਸਿਲੇਬਸ ਦੀ ਡਿਸਕਸ਼ਨ ਦੀ ਵੀਡੀਓ ਵੀ ਮੈਂ ਤੁਹਾਡੇ ਕੋਲ ਲੈ ਕੇ ਆਉਂਗਾ ਤੇ ਜਿਆਦਾ ਫੋਕਸ ਜਿਹੜਾ ਕਹ ਲਈਏ ਕਿ ਸ਼ੁਰੂ ਤਾਂ ਫੋਕਸ ਰਹੂਗਾ ਜੋ ਵੀ ਕੁਝ ਉਹ ਦਿੱਲੀ ਸਰਕਾਰ ਆਪਣੇ ਸਕੂਲਾਂ ਦੇ ਵਿੱਚ ਪੜ੍ਹਾ ਰਹੀ ਹੈਗੀ ਆ ਮਸਲਨ ਜਿਵੇਂ 9ਵੀਂ ਜਮਾਤ ਦਾ ਸਿਲੇਬਸ ਉਹਨਾਂ ਦਾ ਜਮੇ ਦਾ 10ਵੀਂ ਦਾ 11ਵੀਂ ਦਾ ਹੈ ਨਾ ਜਿਵੇਂ ਸਹਿਤ ਮਾਲਾ ਦੀ ਕਿਤਾਬ ਪੰਜਾਬ ਬੋਰਡ ਦੀ ਲੱਗੀ ਆ ਵਨਗੀ ਲੱਗੀ ਆ ਵਿਆਕਰਨ ਪੜਾ ਰਹੇ ਆ ਉਹ ਈਸ਼ਵਰ ਚੰਦਰ ਨੰਦਾ ਸੁਭਾ ਸਿੰਘ ਸਾਨੀ ਪੜਾ ਰਹੇ ਫਰੋਜ਼ ਦਿਨ ਸ਼ਰਫਤ ਅਨੀ ਰਮਚંદ્રਕ ਭਾਈ ਵੀਰ ਸਿੰਘ ਠੀਕ ਹੈ ਇਸੇ ਤਰ੍ਹਾਂ ਦੇਖੋ ਜਨਮ ਦਿਨ ਸੁਵਿੰਦ ਰੁੱਪਲ ਦੀ ਸੰਜੀ ਕੰਧ ਸੰਤੋਖ ਸਿੰਘ ਧੀਰ ਇਹ ਬੰਦੇ ਪੜਾ ਰਹੇ ਆ ਦੀ ਕੋ ਟਵਾਣਾ ਪੜਾ ਰਹੇ ਆ ਅਨੰਦ ਲਾਲ ਨੂਰਪੋਰੀ ਵਿਧਿਆਤਾ ਸਿੰਘ ਧੀਰ ਠੀਕ ਹੈ ਲਟਰ ਹਰਪਾਲ ਪੰਨੂ ਟੀ ਆਰ ਸ਼ਰਮਾ ਪਾਲੀ ਭਪਿੰਦਰ ਤੇ ਇਸੇ ਤਰ੍ਹਾਂ ਗੁਰਨਾਣਕ ਦੇਵ ਜੀ ਗੁਰੂ ਅਮਰਦਾਸ ਗੁਰੂ ਅਰਜਨ ਦੇਵ ਰਿਆਮ ਸੰਧੂ ਸੁਜਾਨ ਸਿੰਘ ਸੱਟ ਹਰਚਰਨ ਸਿੰਘ ਪ੍ਰਵੰਸ ਸਿੰਘ ਵਿਰਕ ਸ਼ਾਹ ਮੁਹੰਮਦ ਡਾਕਟਰ ਬਲਵੀਰ ਸਿੰਘ ਠੀਕ ਇਹ ਮੋٹے ਜਿਹੇ ਤੌਰ ਤੇ 9ਵੀਂ 10ਵੀਂ ਦੇ ਵਿੱਚ ਇਹ ਬੰਦੇ ਪੜਾਏ ਜਾ ਰਹੇ ਤਾਂ ਇਹ ਬੰਦੇ ਤਾਂ ਅਸੀਂ ਡਿਟੇਲ ਦੇ ਵਿੱਚ ਕਰਨਾ ਹੀ ਕਰਨੀ ਉਹਨਾਂ ਦਾ ਕੁਝ ਵੀ ਨਹੀਂ ਛੱਡਣਾ ਇਹਨਾਂ ਦੀ ਕਪਤਾਨ ਦੀ ਕਹਾਣੀ ਇਹਨਾਂ ਦਾ ਨਾਵਲ ਠੀਕ ਇਹਨਾਂ ਦੀ ਵਾਰਤਕ ਕੁਛ ਵੀ ਛੱਡਣਾ ਨਹੀਂ ਡਿਟੇਲ ਦੇ ਵਿੱਚ ਪਾਤਰ ਕੀ ਨੇ ਸਬਜੈਕਟ ਕੀ ਆ ਸਵਾਲ ਕਿਵੇਂ ਆ ਸਕਦਾ ਪੁਰਾਣੇ ਐਮਸੀਕਿਊ ਦੇ ਵਿੱਚ ਕੀ ਕੁਛ ਆਇਆ ਸਾਰੇ ਦਾ ਸਾਰਾ ਡਿਟੇਲ ਦੇ ਵਿੱਚ ਕਰਾਂਗੇ ਇਸ ਤੋਂ ਇਲਾਵਾ ਜਿਹੜੇ ਪੇਪਰ UGC NET ਦੇ ਤੱਕ ਪੱਧਰ ਤੱਕ ਆਏ ਨੇ ਪੰਜਾਬੀ ਮਾਸਟਰ ਕੋਰਸ ਤੇ TGT ਦੇ ਜਿੱਥੇ-ਜਿੱਥੇ ਪੇਪਰ ਆਏ ਨੇ ਉਹਨਾਂ ਸਾਰਿਆਂ ਦੇ ਵਿੱਚ ਜੋ ਸਿਲੇਬਸ ਹੈਗਾ ਉਹਨੂੰ ਸਾਰੇ ਨੂੰ ਅਸੀਂ ਇੱਕ ਸੀਮਾ ਦੇ ਵਿੱਚ ਬੰਨ੍ਹ ਕੇ ਸਮੇਟਣ ਦੀ ਕੋਸ਼ਿਸ਼ ਕਰਾਂਗੇ ਤਾਂ ਉਮੀਦ ਹੈ ਕਿ ਸਾਰੇ ਦਾ ਸਾਰਾ ਬਹੁਤ ਵਧੀਆ ਆਪਣਾ ਬੈਚ ਚੱਲੂਗਾ ਉਸੇ ਤਰ੍ਹਾਂ ਚੱਲੂਗਾ ਜਿਸ ਤਰ੍ਹਾਂ ਜਿਹੜਾ TGT ਪੰਜਾਬੀ ਦਾ ਹਰਿਆਣੇ ਦਾ ਜਿਹੜਾ ਬੈਚ ਚੱਲੇ ਸੀ ਉਹ ਬੜਾ ਕਮਾਲ ਦਾ ਬੈਚ ਸੀਗਾ ਤੇ ਵਿਦਿਆਰਥੀਆਂ ਨੇ ਵੀ ਬੜਾ ਸੋਹਣਾ ਰਿਸਪੌਂਸ ਦਿੱਤਾ ਸੀਗਾ ਤੇ ਉਹਦੇ ਵਿੱਚ ਜਿਹੜਾ 50 ਨੰਬਰ ਦਾ ਪੇਪਰ ਸੀਗਾ ਤੇ 50 ਦੇ ਵਿੱਚੋਂ ਜਿਹੜਾ ਕਿ ਲਈ ਕਿ ਐਵਰੇਜ ਵਿਦਿਆਰਥੀਆਂ ਦੇ 48 49 ਜਿਹੜੇ ਉਹ ਨੰਬਰ ਬਣਦੇ ਆ ਤੇ ਜੋ ਉਹਨਾਂ ਨੂੰ ਪੇਪਰ 'ਚ ਸਵਾਲ ਆਇਆ ਸੀ ਸਾਰੇ ਦੇ ਸਾਰੇ ਕਰਵਾਏ ਗਏ ਸਿਲੇਬਸ ਦੇ ਵਿੱਚੋਂ ਹੀ ਆਏ ਸੀਗੇ ਠੀਕ ਹੈ ਇਹ ਮੈਂ ਕੋਈ ਝੂਠ ਨਹੀਂ ਬੋਲਦਾ ਪਿਆ ਇਹ ਕੋਈ ਪ੍ਰਸ਼ੰਸਾ ਦੀ ਗੱਲ ਨਹੀਂ ਤੁਸੀਂ ਭਾਵੇਂ ਕਿ ਜਿਹੜੇ ਵਿਦਿਆਰਥੀ ਸ਼ਾਮਲ ਸੀਗੇ ਤੁਸੀਂ ਕਿਸੇ ਤੋਂ ਵੀ ਉਹ ਗੱਲ ਪੁੱਛ ਸਕਦੇ ਆਂ ਏ ਮੈਂ ਤੁਹਾਨੂੰ ਦੁਬਾਰਾ ਫਿਰ ਦੱਸਣਾ ਚਾਹਣਾ ਇਹ ਤੋਂ ਪਹਿਲਾਂ ਕਿ ਆਪਾਂ ਇੱਕ ਪ੍ਰਸ਼ਨ ਪੇਪਰ ਵੀ ਡਿਸਕਸ ਕਰੀਏ ਇੱਕ ਸੈਂਪਲ ਮੈਂ ਤੁਹਾਨੂੰ ਦਿਖਾਵਾਂ ਕਿ ਸਾਡਾ TGT ਪੰਜਾਬੀ DTRPSD ਦਾ ਜਿਹੜਾ ਸਕਰੀਨਿੰਗ ਦਾ ਬੈਚ ਉਹ ਸ਼ੁਰੂ ਹੋ ਚੱਕਿਆ ਹੈਗਾ ਠੀਕ ਹੈ ਇਹ DTRPSD ਲਈ ਤਾਂ ਹੈਗੇ ਹੈਗਾ ਸਪੈਸ਼ਲੀ ਪਰ ਹੋਰ ਵੀ ਜਦੋਂ ਵੀ ਕਿਤੇ ਇਸ ਪੱਧਰ ਦਾ ਪੇਪਰ ਹੋਊਗਾ TGT ਦਾ ਉਹਦੇ ਲਈ ਤੁਹਾਨੂੰ ਇਹ ਜਿਹੜਾ ਕਹੇ ਲਈਏ ਕਿ ਮੌਜੂਦ ਰਹੂਗਾ 12 ਮਹੀਨੇ ਮਤਲਬ 1 ਸਾਲ ਦੀ ਇਹਦੀ ਵੈਲਿਡਿਟੀ ਹੋਊਗੀ ਤੁਹਾਡੇ ਕੋਲ ਰਿਕਾਰਡਡ ਵੀਡੀਓਜ਼ 1 ਸਾਲ ਦੇ ਲਈ ਅਵੇਲੇਬਲ ਹੋਣਗੀਆਂ ਜਿਹਨੂੰ ਜਿਹੜਾ ਕਲੀਕ ਉਸ ਤੋਂ ਬਾਅਦ ਐਕਸਟੈਂਡ ਵੀ ਕੀਤਾ ਜਾ ਸਕਦਾ ਕਲੀਕ ਗਰੁੱਪ ਦੇ ਤੁਹਾਡੇ ਨਾਲ ਜੁੜਿਆ ਜਾਊਗਾ ਤੁਹਾਡੀ ਕਲੇਕਲੇ ਦਾ ਪ੍ਰਸ਼ਨ ਜਿਹੜਾ ਲਿਆ ਜਾਊਗਾ ਇਨਕੁਆਰੀ ਲਈ ਜਾਊਗੀ ਫੋਨ ਤੇ ਗੱਲ ਕੀ ਬਾਤ ਕੀਤੀ ਜਾਊਗੀ WhatsApp ਤੇ ਕੰਟੈਕਟ ਦੇ ਵਿੱਚ ਰਹਿ ਜਾਊਗਾ ਮਤਲਬ ਕਿ ਤੁਹਾਡੇ ਹਰ ਵਿਦਿਆਰਥੀ ਦਾ ਟੱਚ ਦੇ ਵਿੱਚ ਰਹਿ ਜਾਊਗਾ ਭਾਵੇਂ ਜਿੰਨੇ ਮਰਜੀ ਵਿਦਿਆਰਥੀ ਹੋਣ ਤਾਂ ਜਿੰਨੀ ਜਲਦੀ ਤੁਸੀਂ ਜਿਹੜੇ ਕਲੀਕ ਆ ਜਾਓਗੇ ਓਨੀ ਜਲਦੀ ਜਿਹੜਾ ਉਹ ਸਿਲੇਬਸ ਆਪਣਾ ਜਲਦੀ ਕਵਰ ਹੋ ਜਾਏਗਾ ਹੁਣ ਮੈਂ ਤੁਹਾਨੂੰ ਇੱਕ ਸਿੰਪਲ ਦਿਖਾਉਣਾ ਚਾਹਣਾ ਹੈਗਾ ਕਿ ਕਿਸ ਕਿਸਮ ਦੇ ਜਿਹੜੇ ਪ੍ਰਸ਼ਨ ਹੈਗੇ ਡੀਪ ਰਿਪਲੈਸ ਵੀ ਨੇ ਪਹਿਲਾਂ ਆਪਣੇ ਪੇਪਰਾਂ ਦੇ ਵਿੱਚ ਪਾਏ ਨੇ ਠੀਕ ਹੈ 2015 ਦਾ ਇੱਕ ਪੇਪਰ ਹੈਗਾ ਉਹਦੇ ਵਿੱਚ ਕੁਝ ਸਵਾਲ ਦੇਖਦੇ ਹੈਗੇ ਆ ਮਤਲਬ ਇਹ ਤੋਂ ਸਾਨੂੰ ਪਤਾ ਲੱਗ ਜਾਣਾ ਇਹਨਾਂ ਸਵਾਲਾਂ ਤੋਂ ਜਦੋਂ ਅਸੀਂ ਕਰਾਂਗੇ ਕਿ ਕਿਹੜੇ ਕਿਹੜੇ ਏਰੀਆਜ਼ ਜਿਹੜੇ ਹੈਗੇ ਨੇ ਉਹ ਕਵਰ ਕਰਦੇ ਹੈਗੇ ਲਿਟਰੇਚਰ ਦੇ ਤਾਂ ਸਿਲੇਬਸ ਦਾ ਜਿਹੜਾ ਮਸਲਾ ਹੈਗਾ ਕਈ ਵਿਦਿਆਰਥੀਆਂ ਦੀ ਇਨਕੁਆਇਰੀ ਸੀਗੀ ਕਿ ਸਰ ਸਿਲੇਬਸ 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 ਦੀ ਕੋਈ ਫਿਕਰ ਨਾ ਕਰੋ ਬਿਲਕੁਲ ਟੈਨਸ਼ਨ ਕਰਨ ਦੀ ਲੋੜ ਨਹੀਂ ਹੈ ਜੋ ਕੁਝ ਕਰਾਂਗੇ ਡੈਫੀਨੇਟਲੀ 100% ਉਹਦੇ ਵਿੱਚੋਂ ਆਊਗਾ ਹੀ ਆਊਗਾ ਠੀਕ ਹੈ ਜਾਂ ਮੈਂ ਦੂਜੀ ਲੋੜ ਕਹਿ ਦੇ ਆਪਾਂ ਛੱਡਾਂਗੇ ਨਹੀਂ ਕੁਝ ਕੁਝ ਵੀ ਨਹੀਂ ਛੱਡਾਂਗੇ ਜਿੱਥੋਂ ਮਰਜ਼ੀ ਕੋ ਬੰਦਾ ਪੇਪਰ ਪਾ ਦੇਵੇ ਠੀਕ ਹੈ ਅਸੀਂ ਜਿਹੜਾ ਕਹਿ ਲਈ ਕਿ ਜੂਜੀ ਨੈੱਟ ਪੱਧਰ ਤੱਕ ਜਿਹੜੇ ਨੇ ਕੁਐਸਚਨ ਆ ਸੀ ਕਰ ਲਵਾਂਗੇ ਠੀਕ ਹੈ ਪਹਿਲਾ ਸਵਾਲ ਹੈਗਾ ਭਾਸ਼ਾ ਵਿਗਿਆਨ ਦਾ ਸਵਾਲ ਹੈ ਭਾਸ਼ਾ ਵਿਗਿਆਨ ਦੇ ਨਾਲ ਉਹ ਵੀ ਭਾਸ਼ਾ ਸ਼ਾਸਤਰ ਦਾ ਸਵਾਲ ਹੈਗਾ ਠੀਕ ਹੈ ਭਾਸ਼ਾ ਸ਼ਾਸਤਰ ਦੇ ਵਿੱਚ ਧੁਨੀ ਪਰਵਰਤਨ ਦੀ ਸਟਡੀ ਕੀਤੀ ਜਾਂਦੀ ਹੈ ਕਿ ਧੁਨੀ ਪਰਵਰਤਨ ਕਿਉਂ ਹੁੰਦਾ ਕਾਰਨ ਕੀ ਹੈ ਇੱਥੇ ਧੁਨੀ ਪਰਵਰਤਨ ਦਾ ਮਤਲਬ ਕੀ ਹੈਗਾ ਕਿ ਅ ਸਾਵੇਂ ਦੇ ਮੁਤਾਬਕ ਜਿਹੜੀਆਂ ਧੁਨੀਆਂ ਨੇ ਉਹਨਾਂ ਦਾ ਰੂਪ ਬਦਲਦਾ ਰਹਿੰਦਾ ਉਹਨਾਂ ਦੇ ਜਿਹੜਾ ਕਲੀ ਉਚਾਰਨ ਦਾ ਢੰਗ ਤਰੀਕਾ ਬਦਲਦਾ ਰਹਿੰਦਾ ਸਭ ਤੋਂ ਪਹਿਲੀ ਧਾਰਨਾ ਜਦੋਂ ਅਸੀਂ ਪੰਜਾਬ ਦੀ ਹਿਸਟਰੀ ਦੀ ਗੱਲ ਕਰਦੇ ਆ ਕਿ ਇੱਕ ਸਮਾਂ ਸੀਗਾ ਕਿ ਜਦੋਂ ਪੰਜਾਬ ਨੂੰ ਜਿਹੜਾ ਕਹੇ ਲਈ ਸੱਤ ਸਿੰਧੂ ਕਹਿੰਦੇ ਸੀਗੇ ਠੀਕ ਹੈ ਤੇ ਇੱਥੇ ਜਿਹੜਾ ਰਹਿਣ ਵਾਲਾ ਬੰਦਾ ਹੈਗਾ ਉਹਨੂੰ ਕੀ ਕਹਿੰਦੇ ਸੀਗੇ ਸਿੰਧੂ ਕਹਿੰਦੇ ਸੀਗੇ ਜਿਹੜੇ ਦਰਾਵੜ ਲੋਕ ਪਰ ਜਦੋਂ ਆਰੀਅਨ ਬੰਦੇ ਆਉਂਦੇ ਆ ਉਹ ਸੱਸਾ ਨਹੀਂ ਬੋਲ ਸਕਦੇ ਉਹ ਸੱਸੇ ਦੀ ਥਾਂ ਤੇ ਹਾਹਾ ਬੋਲਦੇ ਇਸ ਕਰਕੇ ਸੱਸੇ ਸਿੰਧੂ ਤੋਂ ਉਹਨਾਂ ਨੇ ਕੀ ਬਣਾ ਲਿਆ ਹਿੰਦੂ ਬਣਾ ਲਿਆ ਤੇ ਹਿੰਦੂ ਤੋਂ ਹੀ ਹਿੰਦੁਸਤਾਨ ਅੱਗੇ ਬਣਿਆ ਤਾਂ ਧੁਨੀਆਂ ਬਦਲਦੀਆਂ ਰਹਿੰਦੀਆਂ ਨੇ ਠੀਕ ਹੈ ਇਹ ਜਿਹੜਾ ਪਰਵਰਤਨ ਹੁੰਦਾ ਨਾ ਇਹ ਪਰਵਰਤਨ ਕੋਈ ਨਿਜਮ ਦੇ ਆਧਾਰ ਤੇ ਨਹੀਂ ਹੁੰਦਾ ਕੋਈ ਉਚੇਚ ਨਾਲ ਨਹੀਂ ਕੀਤਾ ਜਾਂਦਾ ਅਸਵਭਾਵਿਕਤਾ ਨਹੀਂ ਹੁੰਦੀ ਇਹ ਸੁਭਾਵਿਕ ਹੁੰਦਾ ਇਹ ਸਹਿਜੇ ਸਹਿਜੇ ਆਉਂਦਾ ਰਹਿੰਦਾ ਕੋਈ ਜਾਣਬੁੱਝ ਕੇ ਪਰਵਰਤਨ ਨਹੀਂ ਕਰਦਾ ਠੀਕ ਹੈ ਇਹ ਇੱਕ ਸੁਭਾਵਕ ਪ੍ਰਕਿਰਿਆ ਆਮ ਚੱਲਣ ਵਾਲੀ ਪ੍ਰਕਿਰਿਆ ਪਛਾਵਾਂ ਦੇ ਵਿੱਚ ਧੁਨੀਆਂ ਬਦਲਦੀਆਂ ਰਹਿੰਦੀਆਂ ਨੇ ਠੀਕ ਹੈ ਤੁਸੀਂ ਦੇਖੋ ਕਿ ਸਾਡੀਆਂ ਜਿਹੜੀਆਂ ਧੁਨੀਆਂ ਹੈਗੀਆਂ ਇਹ ਤੇ ਇਹ ਮਤਲਬ ਇਹਨਾਂ ਦਾ ਸਹੀ ਚਾਰਨ ਕੀ ਆਉਂਗਾ ਤੇ ਅਈਆ ਹੁਣ ਜਿਹੜਾ ਇਹਨਾਂ ਦਾ ਚਾਰਨ ਹੈਗਾ ਆਉਂਗਾ ਉਹ ਗੱਗੇ ਚ ਬਦਲ ਗਿਆ ਤੇ ਇਹਨਾਂ ਦਾ ਅਚਾਰਨ ਜਿਹੜਾ ਉਹ ਝੱਜੇ ਦੇ ਵਿੱਚ ਬਦਲ ਗਿਆ ਇਹ ਚੇਂਜ ਹੁੰਦਾ ਰਹਿੰਦਾ ਠੀਕ ਹੈ ਫਿਰ ਉਸ ਤੋਂ ਅਗਲਾ ਸਵਾਲ ਹੈਗਾ ਟੈਂਕਾ ਠੱਠਾ ਡਡਾ ਟੱਡਾ ਉਲਟ ਜਿਹੀ ਵੀ ਧੁਨੀਆਂ ਨੇ ਟੜ ਠੜ ਡੋ ਟੋ ਦੀਵ ਜਿਹੜੀ ਹੈ ਉਲਟ ਕੇ ਤਾਲੂਏ ਦੇ ਉੱਪਰ ਟੱਚ ਕਰਦੀ ਪਈ ਹੈ ਤੇ ਉਲਟ ਜੀਵੀ ਧੁਨੀਆਂ ਨੂੰ ਮੂਰਤਣੀ ਵੀ ਬੋਲਦੇ ਆ ਮੂਰਤਣੀ ਕਹਿੰਦੇ ਹੈਗੇ ਉਲਟ ਜੀਵੀ ਧੁਨੀਆਂ ਨੂੰ ਹਾਂ ਇੱਕ ਗੱਲ ਹੋਰ ਅ ਤੁਹਾਡਾ ਸਿਲੇਬਸ ਸਭ ਤੋਂ ਜਿਹੜਾ ਕਿ ਲੇਕਿ ਜਲਦੀ ਜੇ ਤੁਸੀਂ ਕੰਪਲੀਟ ਕਰਨਾ ਠੀਕ ਆ ਤਾਂ ਤੁਸੀਂ ਜਿੰਨੀ ਜਲਦੀ ਬੈਚ ਜੁਆਇਨ ਕਰ ਲੋਗੇ ਉਨੇ ਤੁਹਾਡਾ ਭਲਾ ਹੈ ਕਿਉਂ ਕਿ ਫੁੱਲ ਫਲੈਜ ਵਿਆਕਰਨ A to Z A to Z ਕੰਪਲੀਟ ਸਾਰੇ ਦੀ ਸਾਰੀ ਰਿਕਾਰਡਡ ਫੌਨ ਦੇ ਵਿੱਚ ਪਈ ਹੈ ਤੇ ਉਸ ਵਿਆਕਰਨ ਚ ਸਵਾਲ ਵਾਰ ਹੁੰਦੇ ਨਹੀਂ ਜੋ ਮਰਜੀ ਪੇਪਰ ਆ ਜਾਵੇ ਠੀਕ ਹੈ ਮਤਲਬ ਕਿ ਤੁਸੀਂ ਥੋੜੇ ਟਾਈਮ ਚ ਰਿਕਾਰਡਡ ਕਲਾਸਿਸ ਦੇਖ ਕੇ ਵੀ ਆਪਣਾ ਸਿਲੇਬਸ ਕਵਰ ਕਰ ਲਓਗੇ ਨਾਲ ਦੀ ਨਾਲ ਲਾਈਵ ਕਲਾਸਾਂ ਲਾ ਕੇ ਵੀ ਸਿਲੇਬਸ ਕਵਰ ਕਰ ਲਓਗੇ ਤੇ ਮੇਰਾ ਦਾਵਾ ਹੈ ਜਿਹੜੀ 556 ਪੋਸਟਾਂ ਹੈਗੀਆਂ ਠੀਕ ਹੈ ਤੁਹਾਨੂੰ ਇੱਕ ਚਾਹੀਦੀ ਹੈ ਤੁਹਾਡੀ ਇੱਕ ਸੀਟ ਉਹਦੇ ਵਿੱਚ ਪੱਕੀ ਹੈ ਜੇ ਤੁਸੀਂ ਜਿਹੜਾ ਕਿ ਲਈ ਇੱਕ ਵਿਧੀਵਦ ਤਰੀਕੇ ਦੇ ਨਾਲ ਜਲਦੀ ਤੋਂ ਜਲਦੀ ਬੈਚ ਜੁਆਇਨ ਕਰਕੇ ਆਪਣੀ ਪੜ੍ਹਾਈ ਸ਼ੁਰੂ ਕਰ ਦਿਓਗੇ ਠੀਕ ਹੈ ਮੂਰਤੜੀ ਧੁਨੀਆਂ ਹੈਗੀਆਂ ਨੇ ਉਲਟ ਜੀ ਵੀ ਟਰ ਟਰਡ ਫਿਰ ਆ ਗਿਆ ਉਸ ਤੋਂ ਬਾਅਦ ਔਂਕੜ ਤੇ ਹੋੜਾ ਕਿਹਦੇ ਨਾਲ ਲੱਗਦੇ ਆ ਆੜੇ ਦੇ ਨਾਲ ਵੀ ਨਹੀਂ ਲੱਗਦਾ ਹੈਗਾ ਏੜੇ ਦੇ ਨਾਲ ਵੀ ਨਹੀਂ ਲੱਗਦਾ ਊੜੇ ਨਾਲ ਲੱਗਦਾ ਊੜੇ ਨੂੰ ਔਂਕੜ ਤੇ ਊੜੇ ਨੂੰ ਹੋੜਾ ਅਗਲਾ ਸਵਾਲ ਦੇਖਿਓ ਧਿਆਨ ਨਾਲ ਥੋੜਾ ਜਿਹਾ ਸਵਾਲ ਹੈਗਾ ਭਾਸ਼ਾ ਦੀ ਅਰਥ ਪੂਰਣ ਕਈ ਕੀ ਹੈ ਹੁਣ ਇੱਥੇ ਅਰਥਪੂਰਨ ਇਕਾਈ ਐ ਤਾਂ ਦੋ ਹੈ ਸ਼ਬਦ ਵੀ ਹੈਗਾ ਤੇ ਰੂਪਗ੍ਰਾਮ ਵੀ ਹੈਗਾ ਠੀਕ ਵਾਕੰਸ਼ ਵੀ ਅਰਥਪੂਰਨ ਇਕਾਈ ਹੀ ਬਣ ਕੇ ਠੀਕ ਹੈ ਹੁਣੀ ਗ੍ਰਾਮ ਨਹੀਂ ਹੁੰਦੀ ਅਰਥਪੂਰਨ ਇਕਾਈ ਮਸਲਾ ਕੀ ਹੈਗਾ ਕਿ ਇੱਥੇ ਸਵਾਲ ਦੇ ਵਿੱਚ ਕਲੈਰਿਟੀ ਨਹੀਂ ਕੀਤੀ ਕਿ ਅਰਥਪੂਰਨ ਇਕਾਈ ਕਿਹੜੀ ਪੁੱਛਿਆ ਠੀਕ ਤਾਂ ਸਹੀ ਸਵਾਲ ਬਣਦਾ ਛੋਟੀ ਤੋਂ ਛੋਟੀ ਛੋਟੀ ਤੋਂ ਛੋਟੀ ਠੀਕ ਹੈ ਔਰ ਤੋਂ ਛੋਟੀ ਅਰਥਪੂਰਣ ਇਕਾਈ ਜਿਹੜੀ ਹੁੰਦੀ ਹੈ ਉਹ ਹੁੰਦੀ ਹੈ ਰੂਪਗ੍ਰਾਮ ਜਿਹਨੂੰ ਮਾਰਫੀਮ ਵੀ ਕਹਿ ਦਿੰਦੇ ਹੈਗੇ ਆ ਰੂਪੀਮ ਵੀ ਕਹਿ ਦਿੰਦੇ ਆ ਅਸੀਂ ਪੰਜਾਬੀ ਦੇ ਵਿੱਚ ਇਹਨੂੰ ਭਾਵੰਸ਼ ਕਹਿ ਦਿੰਦੇ ਆ ਠੀਕ ਹੈ ਤਾਂ ਕਦੇ ਵੀ ਇਦਾਂ ਦਾ ਸਵਾਲ ਹੋਵੇ ਤਾਂ ਇਹਦਾ ਜਵਾਬ ਜਿਹੜਾ ਰੂਪਗ੍ਰਾਮ ਰੂਪੀਮ ਮਾਰਫੀਮ ਜਾਂ ਭਾਵੰਸ਼ ਹੀ ਹੋਊਗਾ ਇਹ ਸਭ ਤੋਂ ਛੋਟੀ ਇਕਾਈ ਹੁੰਦੀ ਹੈ ਭਾਸ਼ਾ ਦੀ ਭਾਵੰਸ਼ ਦਾ ਮਤਲਬ ਕੀ ਹੁੰਦਾ ਕਿ ਕਿਸੇ ਸ਼ਬਦ ਦੇ ਵਿੱਚ ਸ਼ਬਦ ਦਾ ਉਹ ਛੋਟੇ ਤੋਂ ਛੋਟਾ ਹਿੱਸਾ ਜਿਦਾ ਕੋਈ ਅਰਥ ਹੋਵੇ ਉਹ ਭਾਵੰਸ਼ ਹੁੰਦਾ ਠੀਕ ਹੈ ਜਿਵੇਂ ਮੈਂ ਇੱਥੇ ਸ਼ਬਦ ਲਿਖਦਾ ਜੀ ਖੇੜਦਾ ਇਹ ਹੁਣ ਇੱਕ ਪ੍ਰੋਪਰ ਸ਼ਬਦ ਆ ਭਾਵਾਂ ਕੇ ਇਹਦਾ ਪੂਰੇ ਦਾ ਪੂਰਾ ਅਰਥ ਹੈ ਪਰ ਇਹਦੇ ਵਿੱਚ ਇੱਕ ਹਿੱਸਾ ਹੈਗਾ ਸਤੰਤਰ ਠੀਕ ਹੈ ਖੇੜ ਛੋਟਾ ਹਿੱਸਾ ਇਹ ਇਹਦਾ ਇੱਕ ਭਾਵੰਸ਼ ਹੈ ਜੀਦਾ मीनिंग ਹੈ ਇਸ ਕਰਕੇ ਰੂਪਗ੍ਰਾਮ ਜਿਹੜਾ ਉਹ ਅਰਥਪੂਰਨ ਯੂਨਿਟ ਹੁੰਦੀ ਆ ਭਾਵਾਂ ਸ਼ਬਦ ਵੀ ਹੁੰਦਾ ਵਾਕੰਸ਼ ਵੀ ਹੁੰਦਾ ਪਰ ਛੋਟੀ ਤੋਂ ਛੋਟੀ ਜਿਹੜੀ ਹੈਗੀ ਰੂਪਗ੍ਰਾਮ ਹੁੰਦੀ ਹੈ ਰੂਪਗ੍ਰਾਮ ਤੋਂ ਛੋਟੀ ਕੋਈ ਵੀ मीनिंगफुल ਯੂਨਿਟ ਹੁੰਦੀ ਨਹੀਂ ਹੈਗੀ ਅਗਲਾ ਸਵਾਲ ਹੈਗਾ ਕਿਸ ਸਵਰ ਦੀ ਮੁਖਤੇ ਦੇ ਰੂਪ ਦੇ ਵਿੱਚ ਵਰਤੋਂ ਹੁੰਦੀ ਆ ਪੰਜਾਬੀ ਦਾ ਇਕਲੌਤਾ ਸ਼ਬਦ ਹੈਗਾ ਪੂਰੀ ਗੁਰਮੁਖੀ ਲਿਪੀ ਦੇ ਵਿੱਚੋਂ ਅ ਜਿਹਦਾ ਉਚਾਰਨ ਹੈਗਾ ਅ ਤੇ ਜਿਹੜੀ ਜਿਹਦਾ ਨਾਮ ਹੈਗਾ ਆੜਾ ਠੀਕ ਹੈ ਇਹਦੀ ਜਿਹੜੀ ਧੁਨੀ ਹੈ ਉਹ ਅ ਹੈ ਪਰ ਇਹਦਾ ਨਾਮ ਜਿਹੜਾ ਹੈਗਾ ਉਹ ਆੜਾ ਹੈ ਇਹ ਸਾਰੀਆਂ ਚੀਜ਼ਾਂ ਵਿਆਕਰਨ ਦੀ ਕਲਾਸਾਂ ਵਿੱਚ ਡਿਸਕਸ ਕੀਤੀਆਂ ਹੁੰ ਜਾਂਦੀਆਂ ਨੇ ਅ ਉਹ ਜਿਹੜਾ ਹੈਗਾ ਇਕਲੋਤਾ ਸ਼ਬਦ ਹੈ ਸੌਰੀ ਇਕਲੋਤਾ ਖਰ ਹੈਗਾ ਪੰਜਾਬੀ ਦਾ ਜਿਹੜਾ ਮੁਖਤਾ ਵੀ ਹੈ ਮਤਲਬ ਕਿ ਜਿਹੜਾ ਲਗ ਵੀ ਜ ਨੂੰ ਮੰਨਿਆ ਜਾਂਦਾ ਠੀਕ ਹੈ ਮੁਖਤਾ ਲਗ ਜਿਹੜਾ ਖਰ ਵੀ ਹੈ ਤੇ ਜਿਹੜਾ ਵਰ ਵੀ ਹੈ ਹੋਰ ਕੋਈ ਇਹ ਜਹਾ ਸ਼ਬਦ ਨਹੀਂ ਜਿਹੜਾ ਤਿੰਨੇ ਸਥਿਤੀਆਂ ਦੇ ਵਿੱਚ ਆਉਂਦਾ ਹੋਵੇ ਤਾਂ ਇਹ ਹੈਗਾ ਜੀ ਆੜਾ ਪਰ ਜਿਹੜਾ ਹੈਗਾ ਉਸ ਵਾਰ ਵੀ ਅਤੇ ਲਗ ਵੀ ਅੱਗੇ ਚੱਲਦੇ ਆਂ ਬਹੁਤ ਸੌਖੇ ਸਵਾਲ ਹੈਗੇ ਆ ਉਹ ਸਾਡਾ ਘਰ ਹੈ ਉਹ ਸਾਡਾ ਘਰ ਹੈ ਜਦੋਂ ਤੁਸੀਂ ਕਿਸੇ ਦੂਰ ਦਿਸ ਦੀ ਚੀਜ਼ ਦੇ ਵੱਲ ਇਸ਼ਾਰਾ ਕਰਕੇ ਉਹਦੀ ਮਲਕੀਅਤ ਦੱਸਦੇ ਹੋ ਉਹ ਗੱਲ ਉਹ ਕੀਦੀ ਚੀਜ਼ ਹੈ ਉਹ ਤੁਹਾਡੀ ਹੈ ਮੇਰੀ ਹੈ ਤਾਂ ਉਹ ਨਿਸ਼ਚੇ ਵਾਚਕ ਵਿਸ਼ੇਸ਼ਣ ਹੁੰਦਾ ਜੇ ਉੱਥੇ ਲਿਖਿਆ ਹੁੰਦਾ ਉਹ ਘਰ ਹੈ ਤਾਂ ਉਹ ਨਿਸ਼ਚੇ ਵਾਚਕ ਪ੍ਰਨਾਮ ਹੋਣਾ ਸੀ ਇਦਾ ਸਹੀ ਜਵਾਬ ਆ ਨਿਸ਼ਚੇਵਾਚਕ ਵਿਸ਼ੇਸ਼ਣ ਭਾਸ਼ਾ ਵਿਗਿਆਨ ਦਾੰਗ ਕੀ ਹੈ ਟੀਕਾ ਵਾਰ ਲੋਚਨਾ ਭਾਸ਼ਾ ਵਿਗਿਆਨ ਦੇ ਵਿੱਚ ਨਹੀਂ ਆਉਂਦੇ ਟੀਕਾ ਜਿਹੜਾ ਹੈਗਾ ਉਹ ਮੱਧਕਾਲੀ ਜਿਹੜਾ ਕਿ ਲਿਖੇ ਜਨਮ ਸਾਖੀ ਦਾ ਮੱਧਕਾਲੀ ਵਾਰਤਕ ਦਾ ਹਿੱਸਾ ਸੌਰੀ ਜਨਮ ਸਾਖੀ ਕਹਿੰਦਾ ਮੱਧਕਾਲੀ ਵਾਰਤਕ ਦਾ ਹਿੱਸਾ 12 ਮੱਧਕਾਲੀ ਕਾਵ ਦਾ ਹਿੱਸਾ ਨੇ ਲੋਚਨਾ ਜਿਹੜੀ ਉਹ ਫ੍ਰੀਟਿਸਿਜਮ ਟੀਕਾ ਇਹ ਵੱਖਰੀ ਵਿਧਾ ਹੈਗੀ ਹੈ ਭਾਸ਼ਾ ਵਿਗਿਆਨ ਦੇ ਵਿੱਚ ਰੂਪੀਮ ਹੁੰਦਾ ਹੁਣੇ ਅਸੀਂ ਕਰਕੇ ਕਹਿੰਦੇ ਨੂੰ ਰੂਪਗ੍ਰਾਮ ਵੀ ਕਹਿ ਦਿੰਦੇ ਮੋਰਫੀਮ ਵੀ ਕਹਿੰਦੇ ਔਰ ਪਾਂਸ਼ ਵੀ ਬੋਲ ਦਿੰਦੇ ਅਲਗ-ਅਲਗ ਜਿਹੜੇ ਸ਼ਬਦ ਵਰਤੇ ਨੇ ਭਾਸ਼ਾ ਵਿਗਿਆਨੀਆਂ ਨੇ ਇਸ ਤੋਂ ਬਾਅਦ ਆ ਗਿਆ ਮੈਚ ਕਰਨਾ ਤੁਣੀ ਗ੍ਰਾਮ ਤੁਣੀ ਗ੍ਰਾਮ ਦਾ ਸਬੰਧ ਹੁੰਦਾ ਜੀ ਤੁਣੀ ਵਿਉਂਤ ਦੇ ਨਾਲ ਦੋ ਚੀਜ਼ਾਂ ਹੁੰਦੀਆਂ ਦੇਖੋ ਇੱਕ ਹੁੰਦੀ ਹੈ ਤੁਣੀ ਇੱਕ ਹੁੰਦੀ ਹੈ ਤੁਣੀ ਗ੍ਰਾਮ ਜੇ ਤੁਸੀਂ ਸ੍ਰੀਮ ਪ੍ਰਕਾਸ਼ ਜੀ ਨੂੰ ਪੜੋ ਤਾਂ ਉਹ ਪੜਾ ਕੇ ਲਈ ਕਿਹਦੇ ਵਿੱਚ ਬ੍ਰੀਕ ਅੰਤਰ ਦੱਸਦੇ ਹੈਗੇ ਆ ਕਿ ਤੁਣੀ ਜਿਹੜੀ ਹੈਗੀ ਆ ਨਾ ਜਰਨਲ ਜਦੋਂ ਤੁਸੀਂ ਸਿਰਫ ਧੁਨੀ ਸ਼ਬਦ ਵਰਤਦੇ ਨੇ ਉਹਦਾ ਸਬੰਧ ਹੈਗਾ ਧੁਨੀ ਵਿਗਿਆਨ ਦੇ ਨਾਲ ਕਹਿਣ ਦਾ ਮਤਲਬ ਕਿ ਮਨੁੱਖੀ ਸੰਗ ਦੇ ਵਿੱਚੋਂ ਕੋਈ ਆਵਾਜ਼ ਪੈਦਾ ਕਿਵੇਂ ਹੁੰਦੀ ਹੈ ਉਹਨੂੰ ਉਹਦਾ ਸਬੰਧ ਧੁਨੀਗ੍ਰਾਮ ਦੇ ਨਾਲ ਧੁਨੀ ਦਾ ਸਾਰੀ ਧੁਨੀ ਵਿਗਿਆਨ ਦੇ ਵਿੱਚ ਉਹਦੀ ਸਟੱਡੀ ਕਰੀ ਜਾਂਦੀ ਹੈ ਕਿ ਕਿਹੜੀਆਂ ਧੁਨੀਆਂ ਕੰਠ ਤੋਂ ਕਿਹੜੀਆਂ ਦੰਤ ਦੀ ਕਿਹੜੀਆਂ ਕਿੱਥੋਂ ਪੈਦਾ ਹੁੰਦੀਆਂ ਪਰ ਜਦੋਂ ਕਿਸੇ ਖਾਸ ਭਾਸ਼ਾ ਦੀ ਧੁਨੀ ਦੀ ਗੱਲ ਕਰਦੇ ਆ ਜਿਵੇਂ ਸਾਡੀਆਂ ਧੁਨੀਆਂ ਹੈਗੀਆਂ ਅ ਹੋ ਹ ਤਾਂ ਪ੍ਰੇਮ ਪ੍ਰਕਾਸ਼ ਜੀ ਇਹਨਾਂ ਨੂੰ ਧੁਣੀ ਗ੍ਰਾਮ ਕਹਿੰਦੇ ਆ ਜਦੋਂ ਅਸੀਂ ਧੁਣੀ ਵਿਗਿਆਨ ਦੇ ਨਿਯਮਾਂ ਨੂੰ ਆਧਾਰ ਬਣਾ ਕੇ ਕਿਸੇ ਖਾਸ ਭਾਸ਼ਾ ਦੀਆਂ ਧੁਨੀਆਂ ਦੀ ਸਟੱਡੀ ਕਰਦੇ ਆ ਕਿ ਦੱਸੋ ਹਾ ਕਿੱਥੋਂ ਉਚਾਰ ਹੁੰਦਾ ਆ ਹਾ ਹ ਸੁਰਜੰਤਰੀ ਆ ਕਿਉਂ ਹੈ ਆੜਾ ਸਵਰ ਹੈ ਕਿਉਂ ਹੈ ਠੀਕ ਹੈ ਕੀ ਉੱਚਾ ਹੈ ਕੀ ਨੀਮ ਹੈ ਕੀ ਪੱਧਰ ਹੈ ਤਾਂ ਉਦੋਂ ਇਹ ਸਾਰੇ ਦਾ ਸਾਰਾ ਪਾਠ ਧੁਣੀ ਵਿਉਂਤ ਦਾ ਬਣ ਜਾਂਦਾ ਇਸ ਕਰਕੇ ਧੁਣੀ ਦਾ ਸਬੰਧ ਧੁਣੀ ਵਿਗਿਆਨ ਨਾਲ ਹੋਊਗਾ ਧੁਣੀ ਗ੍ਰਾਮ ਦਾ ਸਬੰਧ ਧੁਣੀ ਵਿਉਂਤ ਨਾਲ ਹੋਊਗਾ ਊੜਾੜਾ ਇਹਦੀ ਪੰਜਾਬੀ ਦੇ ਸਵਰਵਾਹਕ ਨੇ ਵਾਕ ਜਿਹੜੀ ਹੈਗੀ ਉਹ ਇੱਕ ਗਰਮੈਟਿਕਲੀ ਯੂਨਿਟ ਹੈ ਸਭ ਤੋਂ ਵੱਡੀ ਇਕਾਈ ਹੈ ਪੰਜਾਬੀ ਦੇ ਵਿੱਚ ਪੰਜਾਬੀ ਛੱਡੋ ਭਾਸ਼ਾ ਦੀ ਸਭ ਤੋਂ ਵੱਡੀ ਤੋਂ ਵੱਡੀ ਜਿਹੜੀ ਯੂਨਿਟ ਹੈ ਉਹ ਵਾਕ ਹੈ ਸਤਹੀ ਬੰਤਰ ਠੀਕ ਹੈ ਸਤਹੀ ਬੰਤਰ ਤੇ ਗਹਿਨ ਬੰਤਰ ਠੀਕ ਹੈ ਜਿਹਨੂੰ ਸਰਫੇਸ ਸਟਰਕਚਰ ਤੇ ਡੀਪ ਸਟਰਕਚਰ ਬੋਲਦੇ ਹੈਗੇ ਆ ਇਹ ਕਨਸੈਪਟ ਹੈਗਾ ਜੀ ਚਮਸਕੀ ਦਾ ਚਮਸਕੀ ਦੀ ਦੀ ਥਿਉਰੀ ਹੈਗੀ ਜਿਹਦਾ ਨਾਮ ਹੈਗਾ ਰੂਪਾਂਤਰੀ ਵਿਆਕਰਣ ਰੂਪਾਂਤਰੀ ਵਿਆਕਰਨ ਉਹਦੀ ਕਿਤਾਬ ਸੀਗੀ ਸੈਂਟੈਕਟਿਕਸ ਸਿੰਟੈਟਿਕ ਸਟਰਕਚਰਸ ਉਹਦੇ ਵਿੱਚ ਉਹਨਾਂ ਨੇ ਲੈਂਗੁਏਜ ਦੇ ਦੋ ਜਿਹੜੇ ਪਦਰਾਂ ਦੀ ਗੱਲ કરી ਸੀ ਕਿ ਇੱਕ ਡੀਪ ਸਟਰਕਚਰ ਹੁੰਦਾ ਇੱਕ ਸਤਹੀ ਬੰਤਰ ਹੁੰਦੀ ਹੈ ਠੀਕ ਹੈ ਚਲੋ ਇੱਥੇ ਜ਼ਿਆਦਾ ਡਿਸਕਸ ਨਹੀਂ ਕਰ ਪਾਉਂਗਾ ਗੁਰੂ ਗ੍ਰੰਥ ਸਾਹਿਬ ਵਿੱਚ ਸ਼ੇਖ ਫਰੀਦ ਦੇ ਲਿਖੇ ਹੋਏ ਕਿੰਨੇ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ੇਖ ਫਰੀਦ ਦੇ 112 ਸ਼ਲੋਕ ਨੇ ਠੀਕ ਹੈ ਚਾਰ ਉਹਨਾਂ ਦੇ ਸ਼ਬਦ ਨੇ ਚਾਰ ਸ਼ਬਦਾਂ ਦੇ ਵਿੱਚੋਂ ਦੋ ਜਿਹੜੇ ਸ਼ਬਦ ਹੈਗੇ ਆ ਉਹ ਰਾਗ ਆਸਾ ਦੇ ਵਿੱਚ ਨੇ ਤੇ ਦੋ ਜਿਹੜੇ ਸ਼ਬਦ ਹੈਗੇ ਆ ਜੀ ਉਹ ਰਾਗ ਸੂਹੀ ਦੇ ਵਿੱਚ ਨੇ ਪਰ ਪੂਰੇ ਜੇ ਪੁੱਛਿਆ ਜਾਂਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੇਖ ਫਰੀਦ ਦੇ ਨਾਮ ਅਧੀਨ ਜਾਂ ਸਲੋਕ ਸੇਖ ਫਰੀਦ ਜੀ ਕੇ ਇਸ ਰਲੇਖ ਦੇ ਅਧੀਨ ਕਿੰਨੇ ਸ਼ਲੋਕ ਦਰਜ ਨੇ ਤਾਂ 130 ਸ਼ਲੋਕ ਦਰਜ ਨੇ ਜਿਦੇ ਚੋ 112 ਜਿਹੜੇ ਨੇ ਉਹ ਬਾਬਾ ਫਰੀਦ ਦੇ ਨੇ ਤੇ ਜਿਹੜੇ 18 ਸ਼ਲੋਕ ਹੈਗੇ ਆ ਉਹ ਗੁਰੂਆਂ ਦੇ ਸ਼ਲੋਕ ਠੀਕ ਆ ਗੁਰੂਆਂ ਦੇ ਸ਼ਲੋਕ ਨੇ ਠੀਕ ਆ ਜਿਹਦੇ ਵਿੱਚੋਂ ਜਿਹੜਾ ਕਹ ਲਈਏ ਕਿ ਅ ਇੱਕ ਮਿੰਟ ਆ ਜਿਹਦੇ ਵਿੱਚ ਚਾਰ ਗੁਰੂ ਨਾਨਕ ਦੇਵ ਜੀ ਦੇ ਨੇ ਪੰਜ ਜਿਹੜੇ ਨੇ ਗੁਰੂ ਅਮਰਦਾਸ ਜੀ ਨੇ ਇੱਕ ਜਿਹੜਾ ਗੁਰੂ ਰਾਮਦਾਸ ਜੀ ਦਾ ਹੈਗਾ ਤੇ ਅੱਠ ਜਿਹੜੇ ਹੈਗੇ ਨੇ ਉਹ ਗੁਰੂ ਆਪਣਾ ਗੁਰੂ ਅਰਜਨ ਦੇਵ ਜੀ ਦੀ ਠੀਕ ਆ ਇੱਕ ਚਾਰ ਪਹਿਲੇ ਗੁਰੂ ਦੇ ਪੰਜ ਜਿਹੜੇ ਹੈਗੇ ਨੇ ਉਤੀਜੇ ਗੁਰੂ ਦੇ ਨੇ ਤੇ ਇੱਕ ਚੌਥੇ ਗੁਰੂ ਦਾ ਤੇ ਅੱਠ ਜਿਹੜੇ ਪੰਜਵੇਂ ਗੁਰੂ ਦੇ ਕੋਲ ਕੋਲ ਇਹ 18 ਸ਼ਲੋਕ ਨੇ ਫਰੀਦ ਦੇ ਸ਼ਲੋਕਾਂ ਦੇ ਨਾਲ ਦਰਜ ਆਪਾਂ ਸਾਰੇ ਡਿਟੇਲ ਦੇ ਵਿੱਚ ਕਰਾਂਗੇ ਉਦੋਂ ਬਾਅਦ ਅਗਲਾ ਸਵਾਲ ਹੈਗਾ ਆਰਤੀ ਸ਼ਬਦ ਠੀਕ ਆ ਆਰਤੀ ਸ਼ਬਦ ਰਾਗ ਤਨਾਸਰੀ ਰਾਗ ਤਨਾਸਰੀ ਮਹੱਲਾ ਪਹਿਲਾ ਘਰਣ ਸੁਣਿਆ ਹੋਣਾ ਤੁਸੀਂ ਸਰਤਾਜ ਨੇ ਵੀ ਗਾਈ ਆਰਤੀ ਵੈਸੇ ਵੀ ਜਿਹੜੇ ਬਾਣੀ ਨਸਵੰਦ ਰੱਖਦੇ ਉਹਨਾਂ ਨੂੰ ਪਤਾ ਹੀ ਆ ਤਨਾਸਰੀ ਰਾਗ ਦੇ ਵਿੱਚ ਗਾਈ ਜਾਂਦੀ ਆ ਠੀਕ ਇਹ ਸ਼ਬਦ ਜਿਹੜਾ ਕਿਸ ਬਾਣੀ ਦੇ ਵਿੱਚ ਆਉਂਦਾ ਇਹ ਕੀਰਤਨ ਸੋਲੇ ਦਾ ਪਾਰਟ ਆ ਕੀਰਤਨ ਸੋਲੇ ਦੇ ਵਿਚਾਰਤੀ ਹੁੰਦੇ ਕੀਰਤਨ ਸੋਲੇ ਦੇ ਵਿੱਚ ਜਿਹੜੇ ਨੇ ਉਹ ਅ ਜਿਹੜਾ ਕਿ ਲਈ ਕਿ ਲੱਗ ਲੱਗ ਸ਼ਬਦ ਹੈਗੇ ਮੇਰੇ ਖਿਆਲ ਪੰਜ ਸ਼ਬਦ ਜਿਹੜੇ ਉਹ ਕੀਰਤਨ ਸੋਲੇ ਦਾ 파ਰਟ ਨੇ ਠੀਕ ਹੈ ਜਿਹਦੇ ਵਿੱਚੋਂ ਤਿੰਨ ਤਾਂ ਜਿਹੜੇ ਨੇ ਉਹ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਨੇ ਹਨਾ ਇੱਕ ਰਾਮਦਾਸ ਦਾ ਤੇ ਇੱਕ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਹੈ ਤੇ ਜਿਹੜਾ ਆਰਤੀ ਹੈਗਾ ਉਹ ਆਰਤੀ ਜਿਹੜਾ ਸ਼ਬਦ ਹੈ ਉਹ ਕੀਰਤਨ ਸੋਲੇ ਦੇ ਅੰਦਰਗਾਹਤਾ ਹੁੰਦਾ ਤੇ ਸੋਲੇ ਦਾ ਮਤਲਬ ਹੁੰਦਾ ਪ੍ਰਸ਼ੰਸਾ ਕਰਨੀ ਸੋਲਾ ਗਾਉਣਾ ਕਿਸੇ ਦਾ ਸੰਸਾਰ ਕਰਨੀ ਸਿਫਤ ਕਰਨੀ ਤੇ ਇਸ ਆਰਤੀ ਦੇ ਵਿੱਚ ਕੀ ਦੀ ਸਿਫਤ ਕੀਤੀ ਗਿਆ ਬ੍ਰਹਮੰਡ ਦੀ ਸਿਫਤ ਕੀਤੀ ਗਿਆ ਉਸ અપਾਰ ਬ੍ਰਹਮ ਦੀ ਸਿਫਤ ਕੀਤੀ ਗਈ ਜਿਨੇ ਸਾਰਾ पसारा ਜਿਹੜਾ ਜਿਨੇ ਸਾਰੀ ਸ੍ਰਿਸ਼ਟੀ ਨੂੰ ਸਾਜਿਆ ਯਾਰ ਮਸਵਾਲ ਹੈਗਾ ਜੀ ਲਿੰਗਵਿਸਟਿਕ ਸਰਵੇ ਆਫ ਇੰਡੀਆ ਕਿਤਾਬ ਗਰੀਅਰ ਸੰਧੀ ਹੈ ਜੋਰਜ ਗਰੀਅਰ ਸੰ ਇਹਨਾਂ ਦਾ ਪੂਰਾ ਨਾਮ ਹੈਗਾ ਜਿਹਦੇ ਵਿੱਚ ਇਹਨਾਂ ਨੇ ਭਾਰਤੀ ਭਾਸ਼ਾਵਾਂ ਤੇ ਉਪ ਭਾਸ਼ਾਵਾਂ ਦਾ ਸਰਵੇਖਣ ਕੀਤਾ ਸੀ ਪਤਨ ਦੀ ਬੇੜੀ ਇਕਾਂਗੀ ਜਿਹੜੀ ਹੈਗੀ ਆ ਬਲਵੰਤ ਗਾਰਗੀ ਦੀ ਇਕਾਂਗੀ ਹੈ ਇੱਕੋ ਹੀ ਕਾਲ ਦੇ ਲੇਖ ਜਿਹੜੇ ਨੇ ਗੋਰਖ ਤੇ ਦਮੋਦਰ ਨਹੀਂ ਹੈਗੇ ਇੱਕੋ ਕਾਲ ਦੇ ਫਰੀਦ ਤੇ ਗੋਰਖ ਵੀ ਇੱਕੋ ਕਾਲ ਦੇ ਨਹੀਂ ਹੈਗੇ ਗੋਰਖ ਤੇ ਵਜੀਦ ਵੀ ਇੱਕੋ ਕਾਲ ਦੇ ਨਹੀਂ ਹੈਗੇ ਫਰੀਦ ਚਰਪਟ ਤੇ ਖਸਰੋ ਇਹ ਇੱਕੋ ਕਾਲ ਦੇ ਬੰਦੇ ਅੱਗੇ ਚੱਲਦੇ ਇਸਤਰੀ ਨੂੰ ਬਾਗਣ ਕੌਣ ਕਹਿੰਦਾ ਜੀ ਗੋਰਖਨਾਥ ਨਮਕਾੜ ਬਾਗਣ ਲੈ ਆਇਆ ਮਾਉ ਕਹੇ ਮੇਰਾ ਪੁੱਤ ਵਿਆਹ ਹੈ ਗਿੱਲੀ ਲੱਕੜ ਕੋ ਕਣ ਲਾਇਆ ਇਸਤਰੀ ਦੀ ਨਿੰਦਿਆ ਕਰਨ ਵਾਲਾ ਬੰਦਾ ਹੈਗਾ ਜੀ ਗੋਰਖਨਾਥ ਜੀ ਨੇ ਔਰਤ ਨੂੰ ਬਾਗਣ ਕਿਆ ਬਾਗਣ ਦਾ ਮਤਲਬ ਕੀ ਹੈ ਕਿ ਜਿਹੜੀ ਔਰਤ ਹੈ ਉਹ ਬੰਦੇ ਨੂੰ ਖਾ ਜਾਂਦੀ ਹੈ ਘੁੰਦੇ ਵਾਂਗੂ ਲੱਗ ਜਾਂਦੀ ਹੈ ਠੀਕ ਹੈ ਇਸ ਕਰਕੇ ਔਰਤ ਤੋਂ ਦੂਰ ਰਹਿਣਾ ਚਾਹੀਦਾ ਇਸਤਰੀ ਤੋਂ ਦੂਰ ਰਹਿਣਾ ਚਾਹੀਦਾ ਇਹ ਸਿੱਧ ਬਾਣੀ ਸੌਰੀ 나ਥ ਬਾਣੀ ਦੇ ਵਿੱਚ ਗੋਰਖਨਾਥ ਦੀ ਬਾਣੀ ਦਾ ਇਹ ਪ੍ਰਮੁੱਖ ਵਿਸ਼ਾ ਹੈ ਦੰਦ ਚੰਬੇ ਦੀ ਕਲੀ ਕੇ ਲੜੀ ਕੇ ਹੰਸ ਮੋਤੀ ਦੰਦ ਚੰਬੇ ਦੀ ਲੜੀ ਕੇ ਹੰਸ ਮੋਤੀ ਦਾਣੇ ਨਿਕਲੇ ਹਸਨ ਅਨਾਰ ਵਿੱਚੋਂ ਸੋਨਸਾਰ ਐਨੂੰ ਪਤਾ ਜੀ ਇਹ ਜਿਹੜਾ ਕਿਸਾ ਲਿਖਿਆ ਹੈ ਜੀ ਇਹ ਵਾਰਿਸਾ ਨੇ ਲਿਖਿਆ ਇਹ ਹੀਰ ਦੇ ਕਿਸੇ ਦੀਆਂ ਸਤਰਾਂ ਨੇ ਛੰਦ ਜਿਹੜਾ ਇਹਦੇ ਵਿੱਚ ਬੈਂਤ ਵਰਤਿਆ ਹੋਇਆ ਠੀਕ ਹੈ ਜੀ ਹੁਣ ਤਾਂ ਬਹੁਤ ਬੇਸੁਰਾ ਗਾਇਆ ਗਿਆ ਪਰ ਕਲਾਸਾਂ ਦੇ ਵਿੱਚ ਤੁਹਾਨੂੰ ਸੁਣਾਉਂਗਾ ਪ੍ਰਿੰਸੀਪਲ ਤੇਜਾ ਦੀ ਪੰਜਾਬੀ ਗੱਦ ਦੇ ਵਿੱਚ ਸਭ ਤੋਂ ਵੱਡੀ ਦੇਣ ਕੀ ਹੈ ਪ੍ਰਿੰਸੀਪਲ ਤੇਜਾ ਸਿੰਘ ਦੀ ਸਭ ਤੋਂ ਵੱਡੀ ਦੇਣ ਹੈਗੀ ਆ ਤਸਾਲੀ ਨਿਬੰਧਕਾਰੀ ਦਾ ਮੁੱਢ ਜਿਹਨੂੰ ਕਹਿੰਦੇ ਤਸਾਲੀ ਵਾਰਤਕ ਦਾ ਮੋਡ ਬੰਧਣਾ ਠੀਕ ਹੈ ਉਹਨਾਂ ਨੇ ਪੰਜਾਬੀ ਵਾਰਤਕ ਨੂੰ ਪੰਜਾਬੀ ਨਿਬੰਧ ਦਾ ਟਕਸਾਲੀਕਰਨ ਕੀਤਾ ਸੀ ਠੀਕ ਹੈ ਇਕਾਲਕ ਤੇ ਦੁਕਾਲਕ ਦਾ ਕਨਸੈਪਟ ਸਿੰਕਰੋਨਿਕ ਤੇ ਡਾਇਕਰੋਨਿਕ ਦਾ ਜਿਹੜਾ ਕਨਸੈਪਟ ਆ ਸਸੂਰ ਦੇ ਨਾਲ ਸੰਬੰਧਿਤ ਤਾਂ ਹੈਗਾ ਕੋਰਸ ਇਨ ਜਨਰਲ ਲਿੰਗਵਿਸਟਿਕਸ ਇਹਨਾਂ ਦੀ ਕਿਤਾਬ ਹੈ ਠੀਕ ਹੈ ਇਹਨੇ ਭਾਸ਼ਾ ਨੂੰ ਚਿੰਨ ਪ੍ਰਬੰਧਕਿਆ ਚਿੰਨ੍ਹਾਂ ਦਾ ਸਿਸਟਮ ਕਿਹਾ ਸਾਈਨ ਸਿਗਨੀਫਾਇਰ ਚਿੰਨ ਚਿੰਨਕ ਚਿੰਨ ਤੇ ਇਹਨਾਂ ਦੀ ਪ੍ਰਮੁੱਖ ਕਨਸੈਪਟ ਹੈ ਇਸੇ ਤਰ੍ਹਾਂ ਸਿੰਕਰੋਨਿਕ ਡਾਇਕਰੋਨਿਕ ਪੈਰਾਡਿਗਮੈਟਿਕ ਸਿੰਟੈਗਮੈਟਿਕ ਕੜੀਦਾਰ ਲੜੀਦਾਰ ਸਾਰਾ ਸੰਬੰਧ ਜਿਹੜੇ ਸਸਿਉਰ ਦੇ ਇਹ ਸਸਿਉਰ ਦੇ ਕਨਸੈਪਟ ਨੇ ਤੇ ਇਹ ਸਾਰੇ ਦਾ ਸਾਰਾ ਭਾਸ਼ਾ ਵਿਗਿਆਨ ਦਾ ਪਾਰਟ ਹੈ। ਉਦੋਂ ਬਾਅਦ ਅੱਗੇ ਚੱਲਦੇ ਆਂ। ਮੈਚ ਦੀ ਕਾਲਮ ਮੰਮਾ ਨੰਨਾ ਨਾਣਾ ਪਪਾ ਫਫਾ ਬੱਬਾ ਗਗ ਕ ਗਜਜਟ ਠੱਪਾ ਖਖਖ ਠੱਠ ਡਖਖ ਮੈਚ ਕਰ ਪਪਾ ਫਫਾ ਬੱਬਾ ਸਭ ਤੋਂ ਸਿੰਪਲ ਓਂਠੀ ਟੁਣੀਆਂ ਮੰਮ ਨੰ ਨੰ ਮੰਮ ਨੰ ਨੰ ਠੀਕ ਹੈ ਇਹ ਕੀ ਨੇ ਇੱਕ ਮਿੰਟ ਜੀ ਸੌਰੀ ਹਾਂਜੀ ਉਦੋਂ ਬਾਅਦ ਆ ਗਿਆ ਹਾਂ ਸਘੋਸ਼ ਧੁਨੀਆਂ ਇਹ ਹੈਗਾ ਜੀ ਨਾਸਕੀ ਧੁਨੀਆਂ ਗੱਗਾ ਕੱਗਾ ਜੱਜਾ ਗੱਗਾ ਕੱਗਾ ਜੱਜਾ ਗੱਗਾ ਕੱਗਾ ਜੱਜਾ ਸਘੋਸ਼ ਧੁਨੀਆਂ ਨੇ ਠੱਠਾ ਢੱਡਾ ਤੇ ਖੱਖਾ ਠੱਠਾ ਇਹਦਾ ਨਹੀਂ ਪਤਾ ਲੱਗ ਰਿਹਾ ਅੱਖਰ ਦਾ ਕੀ ਕੀ ਹੈ ਸ਼ਾਇਦ ਇਹਦਾ ਇਹਦਾ ਵੀ ਬਹੁਤ ਹੀ ਕਲੈਰਿਟੀ ਨਹੀਂ ਹੋ ਰਹੀ ਇਹੇ ਮਹਾਪ੍ਰਾਂਤ ਧੁਨੀਆਂ ਨੇ ਠੀਕ ਹੈ ਤਾਂ ਇਹਦਾ ਸਹੀ ਜਵਾਬ ਕੀ ਬਣੂਗਾ A 2 B 4 A 2 B 4 C ਇਹਦਾ ਸਹੀ ਜਵਾਬ ਬਣੂਗਾ ਠੀਕ ਹੈ ਜੀ ਬੋਧੂ ਬਾਦ ਆ ਗਿਆ ਜੀ ਸ਼ਾ ਮੁਖੀ ਦੀ ਭੈਣ ਪੰਜ ਫੁੱਲਾਂ ਰਾਣੀ ਗੁੱਜੀ ਰਹੇ ਨਾ ਹੀਰ ਹਜ਼ਾਰ ਵਿੱਚੋਂ ਲੰਕਾ ਬਾਗ ਦੀ ਫਰੀਕ ਕੇ ਇੰਦ ਰਾਣੀ ਪੂਰਨਕਲੀ ਚੰਦ ਪਰਿਵਾਰ ਵਿੱਚੋਂ ਕਿਹੜਾ ਰਸ ਹੈ ਜੀ ਰੁੱਧ ਰਸ ਹੈ ਸ਼ਿੰਗਾਰ ਰਸ ਹੈ ਅਦਪੁੱਤਰ ਰਸ ਹੈ ਵਿਪਤਸ ਰਸ ਹੈ ਇਤਾਂ ਹੀਰ ਦੀ ਇੱਕ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਪਿਆਰ ਦੇ ਭਾਵ ਪਰ ਕਿਤੇ ਨੇ ਸ਼ਿੰਗਾਰ ਰਸ ਦੀ ਬਹੁਤ ਵਧੀਆ ਉਦਾਹਰਣ ਹੈ ਸਾਲੂ ਸਾਲੂ ਕਿਹਨੂੰ ਕਹਿੰਦੇ ਨੇ ਜੀ ਦਪੱਟੇ ਨੂੰ ਕਹਿੰਦੇ ਹੈਗੇ ਆ ਠੀਕ ਆ ਤਾਂ ਇਹਦਾ ਸਬੰਧ ਕੀ ਦੇ ਨਾਲ ਲੋਕ ਪਹਿਰਾਵੇ ਨਾਲ sundur mundri ho tera kaun vichara ho kudi da salu paata ho ਠੀਕ ਆ ਭਾਰਤੀ ਆਰੀਏ ਭਾਸ਼ਾ ਪਰਿਵਾਰ ਦਾ ਸਬੰਧ ਭਾਰਤੀ ਯੂਰਪੀ ਭਾਸ਼ਾ ਪਰਿਵਾਰ ਦੇ ਨਾਲ ਹੈ ਲਿਪੀ ਕੀ ਹੁੰਦੀ ਹੈ ਜੀ ਅੱਖਰ ਪ੍ਰਬੰਧ ਹੈ ਸ਼ਬਦ ਪ੍ਰਬੰਧ ਹੈ ਵਿਆਕਰਨਕ ਪ੍ਰਬੰਧ ਹੈ ਧੁਨੀ ਪ੍ਰਬੰਧ ਹੈ ਦੇਖੋ بڑا ਜਿਹੜਾ ਕੇ ਲਈ ਇੱਕ ਇਹ ਉਲਝਾ ਕੇ ਸਵਾਲ ਪਾਇਆ ਜਿਹੜੀ ਲਿਪੀ ਹੈਗੀ ਆ ਨਾ ਲਿਪੀ ਦੇ ਵਿੱਚ ਕੱਲੇ ਅੱਖਰ ਨਹੀਂ ਆਉਂਦੇ ਕੱਲੇ ਸ਼ਬਦ ਨਹੀਂ ਆਉਂਦੇ ਹੈਗੇ ਵਿਆਕਰਨ ਪ੍ਰਬੰਧ ਦਾ ਨਹੀਂ ਮਸਲਾ ਹੈਗਾ ਲਿਪੀ ਦਾ ਜਿਹੜਾ ਬੇਸ ਹੁੰਦਾ ਹੁੰਦੀ ਆ ਧੁਨੀ ਧੁਨੀਆਂ ਨੂੰ ਪਰਗੜ ਕਰਨ ਦੇ ਲਈ ਜਿਹੜੇ ਚਿੰਨ ਵਰਤਦੇ ਆ ਉਹਨਾਂ ਨੂੰ ਕੀ ਕਹਿੰਦੇ ਆ ਸਿ ਲਿਪੀ ਕਹਿੰਦੇ ਆ ਪਰ ਧੁਨੀਆਂ ਦੇ ਲਈ ਸਿਰਫ ਅੱਖਰ ਨਹੀਂ ਵਰਤੇ ਜਾਂਦੇ ਬਿੰਦੀ ਿੱਪੀ ਠੀਕ ਆ ਬਿੰਦਿ ਿੱਪੀ ਅੱਧ ਕੇ ਵੀ ਵਰਤੇ ਜਾਂਦੇ ਨੇ ਲਗਾ ਮਾਤਰਾ ਵੀ ਵਰਤੀਆਂ ਜਾਂਦੀਆਂ ਨੇ ਠੀਕ ਆ ਬੜਾ ਕੁਝ ਵਰਤਿਆ ਜਾਂਦਾ ਇਸ ਕਰਕੇ ਦਾ ਸਹੀ ਜਵਾਬ ਹੈਗਾ ਧੁਨੀ ਪਰਬੰਧ ਪੰਜਾਬੀ ਦੇ ਕਿੰਨੇ ਸਵਰ ਵਾਕ ਨੇ ਠੀਕ ਆ ਜਿਹੜਾ ਅਕਸਰ ਹੀ ਵਿਦਿਆਰਥੀਆਂ ਦੇ ਮਨ ਦੇ ਵਿੱਚ ਕਨਫਿਊਜ਼ਨ ਹੁੰਦੀ ਆ ਕਿ ਹਾਂਜੀ ਊੜਾ ਆੜਾ ਈੜੀ ਜਿਹੜੇ ਹੈਗੇ ਨੇ ਉਹ ਪੰਜਾਬੀ ਦੇ ਸਵਰ ਨਹੀਂ ਇਹ ਸਵਰ ਨਹੀਂ ਹੁੰਦੇ ਇਹਨਾਂ ਨੂੰ ਸਵਰਵਾਹਕ ਤੇ ਜਾਂ ਸਵਰ ਅੱਖਰ ਕਿਹਾ ਜਾਂਦਾ ਸਵਰਵਾਹਕ ਜਾਂ ਸਵਰ ਅੱਖਰ ਕਿਹਾ ਜਾਂਦਾ ਠੀਕ ਹੈ ਤਾਂ ਪੰਜਾਬੀ ਦੇ ਜਿਹੜੇ ਸਵਰਵਾਹਕ ਨੇ ਹੁ ਤੱਕ ਤਿੰਨ ਨੇ ਊੜਾ ਆੜਾ ਤੇ ਈੜੀ ਅਗਲਾ ਹੈਗਾ ਜੀ ਅਰਥ ਪਰਵਰਤਨ ਦਾ ਮੁੱਖ ਕਾਰਨ ਕੀ ਹੈ मीनिंग ਕਿਉਂ ਬਦਲਦੇ ਰਹਿੰਦੇ ਨੇ ਸਮਾਜਿਕ, ਰਾਜਨੀਤਿਕ, ਸੱਭਿਆਚਾਰਕ ਧਾਰਨੀਕ ਠੀਕ ਹੈ ਜਿਹੜੇ मीनिंग ਬਦਲਦੇ ਰਹਿੰਦੇ ਆ ਨਾ ਸ਼ਬਦਾਂ ਦਾ ਹੀ ਉਹਦਾ ਸਭ ਤੋਂ ਵੱਡਾ ਜਿਹੜਾ ਕਲੀਏ ਕੇ ਆ ਫਰੋਲ ਹੁੰਦਾ ਕਲਚਰ ਦਾ ਜਦੋਂ ਕਲਚਰ ਚੇਂਜ ਹੁੰਦਾ ਰਹਿੰਦਾ ਤਾਂ मीनिंग ਜਿਹੜੇ ਬਦਲਦੇ ਰਹਿੰਦੇ ਨੇ ਠੀਕ ਹੈ ਜੇ ਸਮਾਜ ਬਦਲੂਗਾ ਤਾਂ ਕਲਚਰ ਵੀ ਬਦਲੂਗਾ ਇਸ ਕਰਕੇ मीनिंग ਦਾ ਜਿਹੜਾ ਜਿਆਦਾ ਕਿਉਂਕਿ ਹਰ ਸ਼ਬਦ ਦਾ ਨਾ मीनिंग ਹੈ ਨਾ ਉਹਦਾ ਸਬੰਧ ਕਲਚਰ ਦੇ ਨਾਲ ਜ਼ਰੂਰ ਜੜ ਜਾਂਦਾ ਹੁੰਦਾ ਹੈ ਸੋਸਾਇਟੀ ਵੱਖਰੀ ਗੱਲ ਹੈ ਸੋਸਾਇਟੀ ਜਿਹੜਾ ਕਲਚਰ ਦਾ ਹੀ 파ਟ ਹੈ ਜੈਸ ਕਲਚਰ ਸੋਸਾਇਟੀ ਦਾ ਹੀ 파ਟ ਹੈ ਇਸ ਕਰਕੇ ਆਰਥੋਪ੍ਰਦਰਸ਼ਨਾ ਮੁੱਖ ਕਾਰਨ ਹੁੰਦਾ ਸੱਭਿਆਚਾਰਕ ਤਬਦੀਲੀ ਠੀਕ ਹੈ ਕਿ ਕਿਸੇ ਟਾਈਮ ਜਿਹੜਾ ਉਹ ਆ ਬਾਬੂ ਜਿਹੜਾ ਸ਼ਬਦ ਹੈਗਾ ਬਾਬੂ ਮੇਰਾ ਬਾਬੂ ਇਹ ਬਾਬੂ ਬਾਂਦਰ ਨੂੰ ਕਹਿੰਦੇ ਸੀਗੇ ਠੀਕ ਹੈ ਤੇ ਅੱਜ ਬਾਬੂ ਜਿਹੜਾ ਕਹਿੰਦੇ ਕਲਰਕ ਨੂੰ ਕਹਿ ਦਿੰਦੇ ਆ ਜਾਂ ਜਿਹੜੀ ਪ੍ਰੇਮ ਕਹੇਗੀ ਆਪਣੇ ਪ੍ਰੇਮੀ ਨੂੰ ਕਹਿੰਦੀ ਆ ਆ ਮੇਰਾ ਬਾਬੂ ਠੀਕ ਹੈ ਪਰ ਕਿਸੇ ਟਾਈਮ ਉਹਦਾ ਸ਼ਬਦ ਬਾਂਦਰ ਸੀ ਅਸੀਂ ਕਲਚਰਲੀ ਉਹਨੂੰ ਚੇਂਜ ਕਰ ਲਿਆ ਠੀਕ ਹੈ ਜੀ ਇਹਦੇ ਵਿੱਚ ਹੋਰ ਵੀ ਸਵਾਲ ਹੈਗੇ ਆ ਤੇ ਇਸ ਕਲਾਸ ਦੇ ਵਿੱਚ ਆਪਾਂ ਇੰਨੇ ਹੀ ਸਵਾਲ ਡਿਸਕਸ ਕਰਾਂਗੇ ਇੱਕ ਹੋਰ ਮੈਂ ਕਲਾਸ ਤੁਹਾਡੇ ਨਾਲ ਲੈ ਕੇ ਆਉਂਗਾ ਤੁਹਾਡੇ ਕੋਲ ਐਮਸੀਕਿਊ ਜੀ ਤੇ ਇਹੀ ਪੁਰਾਣੇ ਪੇਪਰਾਂ ਦੀ ਉਹਦੇ ਵਿੱਚ ਆਪਾਂ ਬਾਕੀ ਸਵਾਲ ਤੇ ਹੋਰ ਪੇਪਰਾਂ ਦੇ ਸਵਾਲ ਵੀ ਡਿਸਕਸ ਕਰਾਂਗੇ ਤਾਂ ਦੁਬਾਰਾ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨਾ ਚਾਹਣਾ ਹੈਗਾ ਕਿ ਸਾਡਾ ਜਿਹੜਾ ਡੀਪ ਪਲੱਸ ਵੀ ਪੀਜੀਟੀ ਪੰਜਾਬੀ ਦਾ ਜਿਹੜਾ ਹੈਗਾ ਉਹ ਬੈਚ ਆਲਰੇਡੀ ਸ਼ੁਰੂ ਹੋ ਚੁੱਕਿਆ ਹੈਗਾ ਠੀਕ ਹੈ ਤੁਸੀਂ ਜਿਹੜੇ ਲਈ ਇੱਕ ਅਚੀਵਰਸ ਅਕੈਡਮੀ ਦੇ ਐਪ ਦੇ ਉੱਪਰ ਜਾ ਕੇ ਜਿਹੜਾ ਹੈਗਾ ਉਹ ਬੈਚ ਜੁਆਇਨ ਕਰ ਸਕਦੇ ਹੋ ਸਲੀ ਸਟੋਰ ਦੇ ਉੱਪਰ ਐਪ ਹੈਗਾ achiever academy by Nisha Sharma ਦੇ ਨਾਮ ਤੇ ਠੀਕ ਹੈ ਤੇ ਇਸ ਬੈਚ ਦੇ ਵਿੱਚ ਤੁਹਾਨੂੰ ਰਿਕਾਰਡਡ ਕਲਾਸਾਂ ਵੀ ਮਿਲਣਗੀਆਂ ਤੁਹਾਡੇ ਟੈਸਟ ਵੀ ਲਏ ਜਾਣਗੇ ਤੁਹਾਡੀ 1 ਟੂ 1 ਇਨਕੁਆਰੀ ਵੀ ਸੋਲਵ ਕੀਤੀ ਜਾਊਗੀ ਪੀਡੀਐਫ ਨੋਟਸ ਵੀ ਪ੍ਰੋਵਾਈਡ ਕੀਤੇ ਜਾਣਗੇ ਫੁੱਲ ਫਲੈਜ ਸਿਲੇਬਸ ਕੰਪਲੀਟ ਕੀਤਾ ਜਾਊਗਾ ਤੇ ਇਹੋ ਬੈਚ ਜਦੋਂ ਵੀ ਕਿਤੇ ਪੰਜਾਬ ਦੇ ਵਿੱਚ ਭਰਤੀ ਆਉਂਦੀ ਹੈ ਟੀਜੀਟੀ ਦੀ ਚੰਡੀਗੜ੍ਹ ਦੇ ਵਿੱਚ ਭਰਤੀ ਉਹ ਜਿਹੜੀ ਆਉਣ ਵਾਲੀ ਹੀ ਹੈਗੀ ਇੱਕ ਕੱਲੀ ਡੀਟ੍ਰਿਪਲਸ ਹੀ ਨਹੀਂ ਚੰਡੀਗੜ੍ਹ ਚ ਵੀ ਆਉਣ ਵਾਲੀ ਭਰਤੀ ਉਹਦੇ ਵਿੱਚ ਵੀ ਕਿ ਜਿੱਥੇ ਵੀ TGT ਪਦਰ ਦੀ ਪਾਸਟ੍ਰ ਕੈਡਰ ਪਦਰ ਦੀ ਭਰਤੀ ਹੁੰਦਾ ਤੁਹਾਡੇ ਲਈ ਉਥੇ ਇਹ ਬੈਚ ਜਿਹੜਾ ਉਹ ਕੰਮ ਆਊਗਾ ਠੀਕ ਹੈ ਤੇ ਤੁਹਾਡੇ ਨਾਲ ਜੁੜੇ ਰਵਾਂਗੇ ਤੇ ਉਮੀਦ ਹੈ ਕਿ ਤੁਹਾਨੂੰ ਜਿਹੜੀ ਇਹ ਵੀਡੀਓ ਜਿਹੜੀ ਉਹ ਠੀਕ ਲੱਗੀ ਹੋਣੀ ਹੈ ਚੰਗੀ ਲੱਗੀ ਹੋਣੀ ਹੈ ਤਾਂ ਇਹਨੂੰ ਆਪਣੇ ਦੋਸਤਾਂ ਦੇ ਨਾਲ ਜ਼ਰੂਰ ਸ਼ੇਅਰ ਕਰਿਓ ਠੀਕ ਹੈ ਮਿਲਦੇ ਆਂ ਫਿਰ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ ਤੁਹਾਡਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸ਼ੁਕਰੀਆ ਮਿਹਰਬਾਨੀ